So students, in this session, we are going to discuss the topic microbes in industrial products. Means, kive microorganisms industrial products banande vich help karde ne. In our last videos, we have already discussed how microorganisms are used in production of household products, right? ਘਰ ਦੇ ਪ੍ਰੋਡਕਟਸ ਦੇ ਵਿੱਚ ਘਰਾਂ 'ਚ ਜਿਹੜੇ ਪ੍ਰੋਡਕਟਸ ਬਣਦੇ ਨੇ ਉਹਨਾਂ ਦੇ ਵਿੱਚ ਮਾਈਕਰੋਆਰਗੇਨਿਜ਼ਮਸ ਕਿਵੇਂ ਯੂਜ਼ ਹੁੰਦੇ ਨੇ ਬਟ ਇੱਥੇ ਅਸੀਂ ਕੀ ਡਿਸਕਸ ਕਰਾਂਗੇ ਹਾਓ ਮਾਈਕਰੋਆਰਗੇਨਿਜ਼ਮਸ ਆਰ ਹੈਲਪਫੁਲ ਇਨ ਪ੍ਰੋਡਕਸ਼ਨ ਆਫ ਇੰਡਸਟਰੀਅਲ ਪ੍ਰੋਡਕਟਸ ਰਾਈਟ ਸੋ ਫਸਟ ਇਜ਼ ਫਰਮੈਂਟਡ ਬੀਵਰੇਜਸ ਸਟੂਡੈਂਟਸ ਅਸੀਂ ਬੀਵਰੇਜਸ ਦੇ ਵਿੱਚ ਪੜ੍ਹਨਾ ਅਲਕੋਹਲਿਕ ਡਰਿੰਕਸ ਠੀਕ ਹੈ ਜੀ ਫਰਮੈਂਟਡ ਦਾ ਮਤਲਬ ਹੈ ਫਰਮੈਂਟੇਸ਼ਨ ਠੀਕ ਹੈ ਫਰਮੈਂਟੇਸ਼ਨ ਕੀ ਹੁੰਦੀ ਹੈ ਜਦੋਂ ਅਸੀਂ ਸਪੋਜ਼ ਅਸੀਂ ਐਲਕੋਹਲ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਮਾਈਕਰੋਆਰਗੇਨਿਜ਼ਮਸ ਨੂੰ ਯੂਜ਼ ਕਰਦੇ ਹਾਂ ਇੱਕ ਲਾਈਕ ਸਪੋਜ਼ ਅਸੀਂ ਗੰਨੇ ਦੇ ਰਸ ਤੋਂ ਅਲਕੋਹਲ ਬਣਾਉਂਦੇ ਹਾਂ ਸੋ ਉਹਨੂੰ ਗੰਨੇ ਦੇ ਰਸ ਦੀ ਸ਼ੂਗਰ ਨੂੰ ਕਨਵਰਟ ਕਰਨਾ ਇੰਟੂ ਅਲਕੋਹਲ ਵਿਦ ਦ ਹੈਲਪ ਆਫ ਮਾਈਕਰੋਆਰਗੇਨਿਜ਼ਮ ਐਂਡ ਇੱਕ ਪ੍ਰੋਡਕਟ ਬਣਦਾ ਕਾਰਬਨ ਡਾਈਆਕਸਾਈਡ ਜਿਹਦੇ ਕਰਕੇ ਸਾਨੂੰ ਪਤਾ ਲੱਗਦਾ ਕਿ ਫਰਮੈਂਟੇਸ਼ਨ ਕੰਪਲੀਟ ਹੋ ਗਈ ਠੀਕ ਹੈ ਆਹ ਚੀਜ਼ ਕਾਰਬਨ ਡਾਈਆਕਸਾਈਡ ਦੀ ਪ੍ਰੋਡਕਸ਼ਨ ਬੜੀ ਇੰਪੋਰਟੈਂਟ ਹੈ ਫਰਮੈਂਟੇਸ਼ਨ ਦੇ ਵਿੱਚ ਰਾਈਟ ਸੋ ਫਰਮੈਂਟਡ ਬੀਵਰੇਜਸ ਦੇ ਵਿੱਚ ਅਸੀਂ ਕਿਹੜੀ ਯੀਸਟ ਯੂਜ਼ ਕਰਦੇ ਹਾਂ ਸੈਕਰੋਮਾਈਸਿਸ ਸੇਰੀਵਿਸਾਈ ਅਗਰ ਤੁਸੀਂ ਇਸ ਚੈਪਟਰ ਦੀ ਫਸਟ ਵੀਡੀਓ ਨੂੰ ਧਿਆਨ ਨਾਲ ਦੇਖਿਆ ਤਾਂ ਸੇਮ ਯੀਸਟ ਕੈਨ ਬੀ ਯੂਜ਼ਡ ਫੋਰ ਦ ਪ੍ਰੋਡਕਸ਼ਨ ਆਫ ਬ੍ਰੈਡ ਰਾਈਟ ਸੋ ਇੱਥੇ ਅਸੀਂ ਕੀ ਬਣਾਉਣਾ ਐਲਕੋਹਲਿਕ ਔਰ ਫਰਮੈਂਟਡ ਬੀਵਰੇਜਸ ਠੀਕ ਹੈ ਸੋ ਸੈਕਰੋਮਾਈਸਿਸ ਸੇਰੀਵਿਸਾਈ ਨੂੰ ਬੇਕਰ ਯੀਸਟ ਵੀ ਕਹਿੰਦੇ ਆ ਕਿਉਂਕਿ ਉੱਥੇ ਉਹ ਬ੍ਰੈਡ ਬਣਾਉਣ ਲਈ ਕੰਮ ਆ ਰਹੀ ਸੀ ਹੇਅਰ ਅਸੀਂ ਇਹਨੂੰ ਕੀ ਕਹਿਣਾ ਬਰੂਅਰਸ ਯੀਸਟ ਕਿਉਂਕਿ ਇੱਥੇ ਇਹ ਅਲਕੋਹਲ ਬਣਾਉਣ ਦੇ ਕੰਮ ਆ ਰਹੀ ਬਰੂਅਰਸ ਜਿੱਥੇ ਅਲਕੋਹਲ ਬਣਦੀ ਬੇਟਾ ਉਹਨੂੰ ਬਰੂਅਰੀ ਕਹਿੰਦੇ ਆ ਸੋ ਇਹਨੂੰ ਬਰੂਅਰਸ ਯੀਸਟ ਕਹਿੰਦੇ ਆ ਠੀਕ ਹੈ ਜੀ ਸੋ ਜਿਹੜਾ ਮੀਡੀਅਮ ਤੁਸੀਂ ਲੈਣਾ ਮਤਲਬ ਜਿਹਦੀ ਤੁਸੀਂ ਅਲਕੋਹਲ ਬਣਾਉਣੀ ਇਹ ਤਾਂ ਵਿੱਚ ਐਡ ਕਰਾਂਗੇ ਨਾ ਜਿਹੜੀ ਅਲਕੋਹਲ ਬਣਾਉਣ 'ਚ ਹੈਲਪ ਕਰੇਗੀ ਕਿਹਦੇ ਤੋਂ ਬਣਾਉਣੀ ਹੈ ਅਲਕੋਹਲ ਉਸ ਨਿਊਟ੍ਰੀਐਂਟ ਮੀਡੀਅਮ ਦੇ ਵਿੱਚ ਕੁਝ ਸੀਰੀਅਲ ਹੋਣਗੇ ਔਰ ਜਾਂ ਕੁਝ ਫਰੂਟ ਜੂਸਿਸ ਹੋਣਗੇ ਜਿਵੇਂ ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ ਹਾਂ ਅਸੀਂ ਗੰਨੇ ਦਾ ਰਸ ਲੈ ਸਕਦੇ ਹਾਂ ਅਸੀਂ ਕਈ ਗਰੇਪਸ ਦਾ ਜੂਸ ਲੈ ਸਕਦੇ ਕਈ ਫਰੂਟਸ ਦਾ ਜੂਸ ਲੈਂਦੇ ਹਾਂ ਸੋ ਐਲਕੋਹਲ ਪਰਸੈਂਟੇਜਿਸ ਇਨ ਬੀਅਰ ਵਾਈਨ ਐਂਡ ਕਿਉਂਕਿ ਤੁਹਾਨੂੰ ਪਤਾ ਜਿਹੜੀ ਅਲਕੋਹਲਿਕ ਬੀਵਰੇਜਿਸ ਹੁੰਦੀਆਂ ਬੜੀਆਂ ਅਲੱਗ ਅਲੱਗ ਤਰ੍ਹਾਂ ਦੀ ਹੁੰਦੀਆਂ ਵਾਈਨ ਹੈ ਵਿਸਕੀ ਹੈ ਬੀਅਰ ਹੈ ਜਾਂ ਡਿਸਟਲਡ ਬੀਵਰੇਜਿਸ ਨੇ ਉਹਨਾਂ ਵਿੱਚ ਡਿਪੈਂਡ ਕਰਦਾ ਕਿੰਨੇ ਪਰਸੈਂਟ ਅਲਕੋਹਲ ਹੁੰਦੀ ਹੈ ਲਾਈਕ 3-6% ਬੀਅਰ 'ਚ ਹੈ ਵਾਈਨ 'ਚ 10-20% ਹੈ ਡਿਸਟਲ ਬੀਵਰੇਜਿਸ ਥੋੜ੍ਹੀ ਜ਼ਿਆਦਾ ਹੈ ਸੋ ਇਟ ਡਿਪੈਂਡਸ ਰਾਈਟ ਸੋ ਹੁਣ ਇਹ ਫਰਮੈਂਟੇਸ਼ਨ ਹੁੰਦੀ ਕਿਵੇਂ ਹੈ ਜਦੋਂ ਅਸੀਂ ਲੈਬ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਐਲਕੋਹਲ ਬਣਦੀ ਹੈ ਤਾਂ ਕਿਵੇਂ ਹੁੰਦੀ ਹੈ ਤੁਹਾਡੀ ਨੌਲੇਜ ਦੇ ਲਈ ਇੱਥੇ ਮੈਂ ਤੁਹਾਨੂੰ 3 ਪ੍ਰੋਸੈਸਿਸ ਦੱਸਣੇ ਨੇ ਬਹੁਤ ਇੰਪੋਰਟੈਂਟ ਹੈ ਬੈਚ ਪ੍ਰੋਸੈਸ ਫੈਡ ਬੈਚ ਪ੍ਰੋਸੈਸ ਅਤੇ ਕੰਟੀਨਿਊਸ ਪ੍ਰੋਸੈਸ ਜਿਹੜੀ ਹੈ ਫਰਮੈਂਟੇਸ਼ਨ ਚੱਲਦੀ ਹੈ ਇਹਦੇ 3 ਪ੍ਰੋਸੈਸ ਨੇ ਜਾਂ 3 ਇਹਦੇ ਅਲੱਗ ਅਲੱਗ ਟਾਈਪਸ ਨੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਦਿਸ ਥਿੰਗ ਕੈਨ ਬੀ ਵੈਰੀ ਯੂਸਫੁਲ ਇਨ ਯੂਅਰ ਫਰਦਰ ਸਟੱਡੀਜ਼ ਲਾਈਕ ਇੱਕ ਚੈਪਟਰ ਸਾਡੇ ਕੋਲ ਆਉਣਾ ਜਿਹ 'ਚ ਅਸੀਂ ਫਰਮੈਂਟਰ ਪੜ੍ਹਨਾ ਫਿਰ ਈਵਨ ਆਫਟਰ +2 ਵੀ ਤੁਹਾਨੂੰ ਫਰਮੈਂਟੇਸ਼ਨ ਲਈ ਇਹ 3 ਪ੍ਰੋਸੈਸਿਸ ਪੜ੍ਹਨੇ ਪੈਣਗੇ ਠੀਕ ਹੈ ਜੀ ਸੋ ਹੁੰਦਾ ਕੀ ਹੈ ਪਹਿਲਾਂ ਹੀ ਤੁਹਾਡੀ ਨੌਲੇਜ ਦੇ ਲਈ ਗੱਲ ਦੱਸਦੀ ਹਾਂ ਕਿ ਪਹਿਲੇ ਜ਼ਮਾਨੇ ਦੇ ਵਿੱਚ ਤਾਂ ਸਟੂਡੈਂਟਸ ਜਿਹੜੀ ਅਲਕੋਹਲ ਹੈ ਜਿਹੜੀ ਤੁਸੀਂ ਕਹਿੰਦੇ ਹੋ ਪਿੰਡਾਂ ਦੇ ਵਿੱਚ ਜਾਂ ਹੁਣ ਵੀ ਬਣਦੀ ਹੈ ਤਾਂ ਘੜੇ ਦੇ ਵਿੱਚ ਬਣਾਉਂਦੇ ਰਾਈਟ ਪਰ ਫੈਕਟਰੀ ਇੰਡਸਟਰੀ 'ਚ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਮਹੀਨਾ ਮਹੀਨਾ ਲਾ ਦੀ ਅਲਕੋਹਲ ਬਣਾਉਣ ਲਈ ਤਾਂ ਇੱਕ ਡਿਵਾਈਸ ਹੁੰਦਾ ਸਟੂਡੈਂਟ ਪਲੀਜ਼ ਉਹਨੂੰ ਮਾਈਂਡ 'ਚ ਰੱਖਿਓ ਫਰਮੈਂਟਰ ਜਾਂ ਉਹਨੂੰ ਬਾਇਓਰਿਐਕਟਰ ਕਹਿੰਦੇ ਆ ਠੀਕ ਹੈ ਜੀ ਫਰਮੈਂਟਰ ਔਰ ਬਾਇਓਰਿਐਕਟਰ ਜਿਹਦੇ ਵਿੱਚ ਸਾਰੀਆਂ ਕੰਟਰੋਲਡ ਕੰਡੀਸ਼ਨ ਦਿੱਤੀਆਂ ਜਾਂਦੀਆਂ ਜਿਵੇਂ ਟੈਂਪਰੇਚਰ ਕਿੰਨਾ ਰੱਖਣਾ ਪੀਐਚ ਕਿੰਨੀ ਰੱਖਣੀ ਹੈ ਉਹ ਚੀਜ਼ ਨੂੰ ਰੱਖਿਆ ਜਾਂਦਾ ਸੋ ਦੈਟ ਕਿ ਉਹ ਅਲਕੋਹਲ ਜਿਹੜੀ ਉਹ ਕੰਟਰੋਲਡ ਕੰਡੀਸ਼ਨ ਦੇ ਵਿੱਚ ਜਲਦੀ ਜਲਦੀ ਬਣਾਈ ਜਾ ਸਕੇ ਠੀਕ ਹੈ ਜੀ ਸੋ ਉਹ ਜਿਹੜਾ ਬਾਇਓਰਿਐਕਟਰ ਹੈ ਉਹਦੇ ਅੰਦਰ ਅਸੀਂ ਜਿਹੜਾ ਆਪਣਾ ਨਿਊਟ੍ਰੀਐਂਟ ਮੀਡੀਅਮ ਪਾਉਣਾ ਜਿਹਦੇ ਤੋਂ ਅਲਕੋਹਲ ਬਣਾਉਣੀ ਹੈ ਅਤੇ ਯੀਸਟ ਪਾਉਣਾ ਉਹਦੇ ਵਿੱਚ ਅਸੀਂ 3 ਤਰੀਕਿਆਂ ਦੇ ਨਾਲ ਅਲਕੋਹਲ ਬਣਾਉਂਦੇ ਹਾਂ 1 ਇਜ਼ ਬੈਚ ਪ੍ਰੋਸੈਸ ਫੈਡ ਬੈਚ ਪ੍ਰੋਸੈਸ ਅਤੇ ਕੰਟੀਨਿਊਸ ਪ੍ਰੋਸੈਸ ਪਹਿਲਾਂ ਮੈਂ ਤੁਹਾਨੂੰ ਇਨ ਸ਼ੋਰਟ ਸਿੰਪਲ ਲੈਂਗੁਏਜ 'ਚ ਸਮਝਾਉਂਗੀ ਦੈਨ ਅਸੀਂ ਡਿਟੇਲ 'ਚ ਡਿਸਕਸ ਕਰਦੇ ਹਾਂ ਬੇਟਾ ਜੀ ਬੈਚ ਪ੍ਰੋਸੈਸ ਕੀ ਹੁੰਦਾ ਤੁਸੀਂ ਸ਼ੁਰੂ ਦੇ ਵਿੱਚ ਨਿਊਟ੍ਰੀਐਂਟ ਮੀਡੀਅਮ ਫੀਡ ਕਰਤਾ ਵਿੱਚ ਫੈਡ ਕਰਤਾ ਪਾਤਾ ਯੀਸਟ ਪਾਤੀ ਬਾਇਓਰੈਕਟਰ ਬੰਦ ਕਰਤਾ ਤੁਸੀਂ ਬਾਇਓਰੈਕਟਰ ਹੁਣ ਉਦੋਂ ਖੋਲੋਗੇ ਜਦੋਂ ਪ੍ਰੋਡਕਟ ਬਣ ਜਾਏਗਾ ਠੀਕ ਹੈ ਨਾ ਤਾਂ ਤੁਸੀਂ ਪ੍ਰੋਸੈਸ ਦੇ ਚੱਲਦਿਆਂ ਵਿੱਚ ਕੁਝ ਐਡ ਕਰਨਾ ਨਾ ਵਿੱਚੋਂ ਕੁਝ ਕੱਢਣਾ ਜਿਹੜਾ ਫੈਡ ਬੈਚ ਹੁੰਦਾ ਦੇਖੋ ਨਾਮ ਦੱਸ ਰਿਹਾ ਫੈਡ ਕਰਨਾ ਇਹਦੇ ਵਿੱਚ ਅਸੀਂ ਕੰਟੀਨਿਊਸਲੀ
ਜਿਹੜੀਆਂ ਚੀਜ਼ਾਂ ਉਹਨੂੰ ਫੈਡ ਕਰੀ ਜਾ ਰਹੇ ਹਾਂ, ਨਿਊਟ੍ਰੀਐਂਟ ਮੀਡੀਅਮ ਜਾਂ ਸਬਸਟਰੇਟ ਕਹਿ ਲਓ ਫੀਡ ਕਰੀ ਜਾ ਰਹੇ ਹਾਂ, ਪਰ ਪ੍ਰੋਡਕਟ ਅਸੀਂ ਐਂਡ 'ਚ ਹੀ ਕੱਢਾਂਗੇ। ਇਹਦਾ ਫਾਇਦਾ ਇਹ ਹੈ ਕਿ ਜਦੋਂ ਤੱਕ ਤੁਸੀਂ ਸਬਸਟਰੇਟ ਫੀਡ ਕਰਦੇ ਜਾਓਗੇ ਪ੍ਰੋਸੈਸ ਚੱਲਦਾ ਜਾਊਗਾ। ਇੱਥੇ ਜਦੋਂ ਪਹਿਲੇ 'ਚ ਜਦੋਂ ਸਬਸਟਰੇਟ ਖਤਮ ਹੋ ਗਿਆ ਤੁਹਾਨੂੰ ਰੋਕਣਾ ਪਏਗਾ ਪ੍ਰੋਸੈਸ ਅਤੇ ਤੁਹਾਨੂੰ ਪ੍ਰੋਡਕਟ ਕੱਢਣਾ ਪਊਗਾ। ਕੰਟੀਨਿਊਸ ਦੇ ਵਿੱਚ ਬੇਟਾ ਜੀ ਕੀ ਹੁੰਦਾ, ਦੋਨੋਂ ਚੀਜ਼ਾਂ ਚੱਲਦੀਆਂ ਨਾਲ ਦੇ ਨਾਲ, ਤੁਸੀਂ ਨਿਊਟ੍ਰੀਐਂਟ ਮੀਡੀਅਮ ਜਾਂ ਸਬਸਟਰੇਟ ਵੀ ਫੀਡ ਕਰਦੇ ਜਾ ਰਹੇ ਹੋ, ਨਾਲ ਦੇ ਨਾਲ ਤੁਸੀਂ ਪ੍ਰੋਡਕਟ ਵੀ ਕੱਢਦੇ ਜਾ ਰਹੇ ਹੋ, ਪ੍ਰੋਸੈਸ ਕੰਟੀਨਿਊਸਲੀ ਚੱਲਦਾ ਜਾ ਰਿਹਾ। ਗੈਟਿੰਗ ਮਾਈ ਪੁਆਇੰਟ? ਠੀਕ ਹੈ। ਸੋ ਦੇਖੋ, ਬੈਚ ਬੈਚ ਪ੍ਰੋਸੈਸ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਕਿ ਇੱਕ ਤਾਂ ਇਹ ਬਾਇਓਰਿਐਕਟਰ ਅਸੀਂ ਦੇਖ ਰਹੇ ਹਾਂ ਵੱਡਾ, ਜਿਵੇਂ ਮੈਂ ਤੁਹਾਨੂੰ ਦੱਸਿਆ ਬਾਇਓਰਿਐਕਟਰ ਹੈ, ਇੱਕ ਡਿਵਾਈਸ ਹੈ, ਇੱਕ ਐਪਰੇਟਸ ਹੈ ਜਿਹਦੇ ਵਿੱਚ ਅਸੀਂ ਅਲਕੋਹਲ ਬਣਾਉਂਦੇ ਹਾਂ। ਕੀ ਐਡ ਕਰਦੇ ਹੋ ਤੁਸੀਂ ਉਹ 'ਚ? ਨਿਊਟ੍ਰੀਐਂਟਸ ਜਿਹਦੇ ਤੋਂ ਅਲਕੋਹਲ ਬਣਨੀ, ਅਤੇ ਯੀਸਟ। ਠੀਕ ਹੈ ਜੀ, ਉਹਨੂੰ ਉਹਦੇ ਵਿੱਚ ਰਹਿਣ ਦਿੰਦੇ ਹੋ ਟਿਲ ਮੈਕਸੀਮਮ ਅਲਕੋਹਲ ਕੰਟੈਂਟ ਇਜ਼ ਰੀਚ, ਜਦ ਤੱਕ ਪ੍ਰੋਪਰ ਪ੍ਰੋਡਕਟ ਨਹੀਂ ਬਣ ਜਾਂਦਾ। ਕਹਿੰਦਾ ਜਿਹੜਾ ਪਹਿਲੇ ਸਮੇਂ ਤੋਂ ਕਨਵੈਨਸ਼ਨਲ ਬੈਚ ਪ੍ਰੋਸੈਸ ਚੱਲਦਾ ਆ ਰਿਹਾ, ਉਹਦੇ ਵਿੱਚ ਸਾਡੇ ਕੋਲ ਕੀ ਹੁੰਦਾ, ਜਿਹੜਾ ਬਾਇਓਰਿਐਕਟਰ ਅਸੀਂ ਉਹਦੇ ਵਿੱਚ ਮੀਡੀਅਮ ਫਿਲ ਕਰ ਦਿੰਦੇ ਅੰਡਰ ਸਟੇਰਾਈਲ ਕੰਡੀਸ਼ਨ, ਮੀਨਸ ਉਹ 'ਚ ਕੋਈ ਫਾਲਤੂ ਦਾ ਮਾਈਕਰੋ ਔਰਗਨਿਜ਼ਮ ਨਹੀਂ ਹੋਣਾ ਚਾਹੀਦਾ ਜਿਹੜਾ ਉਹਨੂੰ ਖਰਾਬ ਕਰ ਦੇਵੇ। ਉਹਦੇ ਵਿੱਚ ਅਸੀਂ ਜਿਹੜਾ ਯੀਸਟ ਐਡ ਕਰ ਦਿੰਦੇ, ਇਨੋਕੂਲੇਸ਼ਨ ਕਰਨਾ ਮੀਨਸ ਐਡੀਸ਼ਨ ਕਰਨਾ, ਅਤੇ ਐਂਟਾ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ, ਪੂਰੇ ਪ੍ਰੋਸੈਸ ਦੇ ਵਿੱਚ ਨੋ ਨਿਊਟ੍ਰੀਐਂਟ ਔਰ ਕਲਚਰ ਆਰ ਐਡਿਡ। ਤੁਸੀਂ ਕੋਈ ਨਿਊਟ੍ਰੀਐਂਟ ਫੀਡ ਨਹੀਂ ਕਰਨਾ, ਸ਼ੁਰੂ 'ਚ ਜਿੰਨਾ ਪਾਤਾ, ਐਂਡ 'ਚ ਤੁਸੀਂ ਸਿਰਫ ਪ੍ਰੋਡਕਟ ਬਣਨ ਤੋਂ ਬਾਅਦ ਪ੍ਰੋਡਕਟ ਕੱਢਣੇ ਆ, ਰਾਈਟ। ਦੈਨ ਇਜ਼ ਫੈਡ ਬੈਚ। ਫੈਡ ਬੈਚ ਸਾਡੇ ਕੋਲ ਕੀ ਹੈ, ਬੈਚ ਪ੍ਰੋਸੈਸ ਦੀ ਇੰਪਰੂਵਮੈਂਟ ਹੈ, ਜਿਹਦੇ ਵਿੱਚ ਅਸੀਂ ਸਬਸਟਰੇਟ ਟਾਈਮ ਟੂ ਟਾਈਮ ਥਰੂ ਆਊਟ ਦਾ ਪ੍ਰੋਸੈਸ ਐਡ ਕਰੀ ਜਾ ਰਹੇ ਹਾਂ। ਠੀਕ ਹੈ ਜੀ, ਜਿਹਦੇ ਕਰਕੇ ਸਾਨੂੰ ਜਿਹੜਾ ਪ੍ਰੋਡਕਟ ਮਿਲੇਗਾ ਉਹ ਵੀ ਜ਼ਿਆਦਾ ਮਿਲੇਗਾ, ਅਤੇ ਉਹਦੇ ਨਾਲ ਸਾਡੇ ਕੋਲ ਪ੍ਰੋਡਕਟੀਵਿਟੀ ਵਧੇਗੀ ਵੀ। ਉਹੀ ਗੱਲ ਹੈ, ਟਿਲ ਯੂ ਫੀਡ ਦਾ ਯੂ ਨਾ ਸਬਸਟਰੇਟ, ਜਿੰਨਾ ਟਾਈਮ ਤੁਸੀਂ ਐਡ ਕਰੀਗੇ ਪ੍ਰੋਡਕਟ ਬਣੀ ਜਾਏਗਾ। ਠੀਕ ਹੈ ਜੀ, ਦੈਨ ਇਸ ਕੰਟੀਨਿਊਸ ਪ੍ਰੋਸੈਸ। ਕੰਟੀਨਿਊਸ ਦੇ ਵਿੱਚ ਕੀ ਹੈ, ਤੁਸੀਂ ਨਾਲ ਦੇ ਨਾਲ ਐਡੀਸ਼ਨ ਆਫ ਨਿਊਟ੍ਰੀਐਂਟ ਵੀ ਕਰ ਰਹੇ ਹੋ, ਨਾਲ ਦੇ ਨਾਲ ਤੁਸੀਂ ਰਿਮੂਵਲ ਆਫ ਲਿਕਰ, ਲਿਕਰ ਹੁੰਦਾ ਜਿਹੜੀ ਤੁਸੀਂ ਉਹ ਲਿਕੁਇਡ ਅਲਕੋਹਲ ਬਣਾ ਲਈ ਉਹ ਬਾਹਰ ਕੱਢ ਲਓ, ਲਿਕਰ ਇਜ਼ ਅਲਕੋਹਲ। ਨਾਲ ਦੇ ਨਾਲ ਤੁਸੀਂ ਪ੍ਰੋਡਕਟ ਕੱਢੀ ਵੀ ਜਾ ਰਹੇ ਹੋ, ਨਾਲ ਦੇ ਨਾਲ ਤੁਸੀਂ ਨਿਊਟ੍ਰੀਐਂਟਸ ਐਡ ਵੀ ਕਰੀ ਜਾ ਰਹੇ ਹੋ। ਸੋ ਕੰਟੀਨਿਊਸ ਪ੍ਰੋਸੈਸ ਦੇ ਵਿੱਚ ਕੀ ਹੈ, ਜਿਹੜਾ ਅੰਦਰ ਕਲਚਰ ਹੈ ਉਹਨੂੰ ਮੇਨਟੇਨ ਕੀਤਾ ਜਾਂਦਾ, ਉਹਦੇ ਅੰਦਰ ਯੀਸਟ ਐਡ ਕੀਤੀ ਜਾਂਦੀ, ਉਹਦੀ ਗਰੋਥ ਨੂੰ ਮੇਨਟੇਨ ਕੀਤਾ ਜਾਂਦਾ, ਐਕਸਪੋਨੈਂਸ਼ੀਅਲ ਹੁੰਦਾ, ਇੱਕ ਯੂ ਨੋ ਇਨਕਰੀਜ਼ਿੰਗ ਗਰੋਥ ਜਿਹੜੀ ਉਹ ਦੇਖੀ ਜਾਂਦੀ ਹੈ। ਫਰੈਸ਼ ਮੀਡੀਅਮ ਐਡ ਕਰੀ ਜਾ ਰਹੇ ਅਤੇ ਨਾਲ ਦੇ ਨਾਲ ਜਿਹੜਾ ਪ੍ਰੋਡਕਟ ਆ ਉਹ ਰਿਮੂਵ ਕਰੀ ਜਾ ਰਿਹਾ। ਇਸ ਤਰੀਕੇ ਨਾਲ ਇਹ ਪ੍ਰੋਸੈਸ ਕੰਟੀਨਿਊਸ ਵਾਲਾ ਚੱਲਦਾ। ਸੋ ਉਹ ਜਿਹੜਾ ਬਾਇਓਰਿਐਕਟਰ ਹੈ ਜਿਹਦੇ ਵਿੱਚ ਤੁਸੀਂ ਫਰਮੈਂਟਿਡ ਬੀਵਰੇਜ ਬਣਾ ਰਹੇ ਹੋ, ਆ ਤਿੰਨ ਤਰੀਕਿਆਂ ਨਾਲ ਤੁਸੀਂ ਪ੍ਰੋਸੈਸ ਜਿਹੜਾ ਉਹ ਚਲਾ ਸਕਦੇ ਹੋ। ਓਬਵੀਅਸਲੀ ਕੰਟੀਨਿਊਸ ਵਾਲਾ ਜ਼ਿਆਦਾ ਥੋੜ੍ਹਾ ਬੈਨੀਫਿਸ਼ੀਅਲ ਹੋਏਗਾ। ਠੀਕ ਹੈ ਜੀ, ਸੋ ਇਹ ਸੀ ਸਾਡੇ ਕੋਲ ਫਰਮੈਂਟਿਡ ਬੀਵਰੇਜ। ਮੈਂ ਤੁਹਾਨੂੰ ਇਨ ਸ਼ੋਰਟ ਇੱਕ ਹੋਰ ਗੱਲ ਦੱਸ ਦਿੰਦੀ ਹਾਂ, ਹੁੰਦਾ ਕੀ ਹੈ, ਜਿਵੇਂ ਅਸੀਂ ਸਪੋਜ਼ ਅਸੀਂ ਗੰਨੇ ਦੇ ਰਸ ਤੋਂ ਅਲਕੋਹਲ ਬਣਾ ਰਹੇ ਹਾਂ ਸਟੂਡੈਂਟਸ, ਠੀਕ ਹੈ ਜੀ। ਸੋ ਹੁੰਦਾ ਕੀ ਹੈ, ਮੈਂ ਤੁਹਾਨੂੰ ਇੱਕ ਕਲੀਨ ਪੇਜ 'ਤੇ ਇੱਕ ਚੀਜ਼ ਅੰਡਰਸਟੈਂਡ ਕਰਾਉਂਦੀ ਹਾਂ, ਇੱਥੇ ਸਮਝਣ ਦੀ ਕੋਸ਼ਿਸ਼ ਕਰਿਓ। ਸਾਡੇ ਕੋਲ ਗੰਨੇ ਦੇ ਰਸ 'ਚ ਹੁੰਦੀ ਹੈ ਸ਼ੂਗਰ, ਸ਼ੂਗਰ ਦਾ ਫਾਰਮੂਲਾ ਯੂ ਆਲ ਮਸਟ ਹੈਵ ਨੋਨ, ਨੋ C12 H22 O11, ਰਾਈਟ। ਸ਼ੂਗਰ ਸੁਕਰੋਸ ਹੁੰਦਾ ਕੀ ਹੈ, ਥੋੜ੍ਹਾ ਜਿਹਾ ਅਸੀਂ ਉਹਨੂੰ ਡਾਇਲਿਊਟ ਕਰਦੇ ਹਾਂ, ਵਾਟਰ ਐਡ ਕਰਦੇ ਹਾਂ, ਠੀਕ ਹੈ ਜੀ। ਜਿਹੜੀ ਤੁਸੀਂ ਯੀਸਟ ਪਾਈ ਸੀ ਉਹਦੀ ਇੱਕ ਐਨਜ਼ਾਈਮ, ਮੈਂ ਨੇਮ ਆਫ ਵਨ ਐਨਜ਼ਾਈਮ ਕਹਿਣ ਲੱਗੀ ਹਾਂ, ਇਨਵਰਟੇਜ਼ ਜਿਹੜੀ ਉਹਨੇ ਰਿਲੀਜ਼ ਕਰਨੀ ਯੀਸਟ ਨੇ, ਇਨਵਰਟੇਜ਼ ਇਹਨੇ ਕੀ ਕਰਨਾ, ਇਹਨੂੰ ਤੋੜਨਾ ਇੰਟੂ C6H12O6 ਪਲੱਸ C6H12O6, ਦੈਟ ਇਜ਼ ਗਲੂਕੋਜ ਐਂਡ ਫਰਕਟੋਜ਼, ਠੀਕ ਹੈ ਸਟੂਡੈਂਟਸ। ਉਸ ਤੋਂ ਬਾਅਦ ਕੀ ਹੋਏਗਾ, C6H12O6 ਜਿਹੜਾ ਤੁਸੀਂ ਲਿਆ ਗਲੂਕੋਜ਼ ਜਾਂ ਫਰਕਟੋਜ਼, ਇਹਦੇ 'ਤੇ ਯੀਸਟ ਦੀ ਦੂਸਰੀ ਐਨਜ਼ਾਈਮ ਕੰਮ ਕਰੇਗੀ ਜ਼ਾਈਮੇਜ਼, ਪ੍ਰੋਡਕਟ ਕੀ ਬਣ ਜਾਏਗਾ ਸਾਡੇ ਕੋਲ, C2H5OH, ਦੈਟ ਇਜ਼ ਇਥਾਈਲ ਅਲਕੋਹਲ, ਸ਼ਰਾਬ ਅਲਕੋਹਲ ਪਲੱਸ ਕਾਰਬਨ ਡਾਈਆਕਸਾਈਡ। ਮੈਂ ਪਹਿਲਾਂ ਹੀ ਕਿਹਾ ਸੀ ਕਾਰਬਨ ਡਾਈਆਕਸਾਈਡ ਕਦੋਂ ਰਿਲੀਜ਼ ਹੁੰਦੀ ਹੈ, ਜਦੋਂ ਫਰਮੈਂਟੇਸ਼ਨ ਕੰਪਲੀਟ ਹੁੰਦੀ ਸਾਨੂੰ ਪਤਾ ਲੱਗਦਾ ਕਿ ਫਰਮੈਂਟੇਸ਼ਨ ਹੋ ਗਈ, ਰਾਈਟ। ਸੋ ਦੇਖਿਆ ਯੀਸਟ ਦੀ ਐਨਜ਼ਾਈਮ ਨੇ ਕਿਵੇਂ ਸੁਕਰੋਸ ਤੋਂ ਕੀ ਬਣਾਤੀ, ਅਲਕੋਹਲ, ਠੀਕ ਹੈ। ਬਸ ਇਹ ਹੈ ਕਿ ਜਿਹੜਾ ਅਸੀਂ ਫਰਮੈਂਟੇਸ਼ਨ ਪ੍ਰੋਸੈਸ ਕਰਦੇ ਹਾਂ ਜਾਂ ਤੁਸੀਂ ਫਰਮੈਂਟਰ ਦੇ ਵਿੱਚ ਕਰਦੇ ਹੋ, ਚ ਕੰਟਰੋਲਡ ਕੰਡੀਸ਼ਨਸ ਦੇ ਵਿੱਚ ਕਰਦੇ ਹੋ, ਠੀਕ ਹੈ, ਕਿ ਜਲਦੀ ਜਲਦੀ ਜਿਹੜਾ ਸਾਡਾ ਪ੍ਰੋਡਕਟ ਬਣ ਜਾਵੇ ਐਂਡ ਪ੍ਰੋਡਕਟੀਵਿਟੀ ਵੀ ਜ਼ਿਆਦਾ ਹੋਵੇ, ਠੀਕ ਹੈ। ਸੋ ਐਜ਼ ਕੰਪੇਅਰ ਟੂ ਉਹ ਲਾਈਕ ਘੜੇ ਦੇ ਵਿੱਚ ਬਣਾਉਣ ਨਾਲੋਂ, ਅਰਦਨ ਪੋਟ ਦੇ ਵਿੱਚੋਂ ਬਣਾਉਣ ਨਾਲੋਂ ਸਾਡੇ ਕੋਲ ਕੀ ਹੈ,
असी अगर फरमेंटर च बनाइए तो प्रोडक्टिविटी भी ज़्यादा होएगी, लार्ज स्केल पर भी बन पाएगी तो जल्दी भी बन पाएगी, राइट। सो सैकेंड जिहड़ा इंडस्ट्रियल प्रोडक्ट है एंटीबायोटिक्स है। एंटीबायोटिक टर्म जिहड़ी वैक्समैन ने दित्ती सी। एंटीबायोटिक एक तरह के कैमिकल सबसटेंसिज होंगे ने जिहड़े माइक्रो ऑर्गेनिजम तो या उन्हां दी मदद नाल बनाए जाते हैं, जिहड़े साढ़े अंदर देखो एंटीबायोटिक्स उन्हां तो ही बनते हैं, ठीक है, उन्हां दे द्वारा ही बनते हैं, तो हार्मफुल माइक्रो ऑर्गेनिजम नूं किल करन दे लई ही यूज़ किए जाते हैं, ठीक है जी। सो एंटीबायोटिक्स जड़े ने उन्नू कहा जाता, वो मतलब वो नाम के मतलब चो की निकलता एंटी अगेंस्ट बायो लाइफ, लाइफ दे अगेंस्ट, पर यह साड़ी लाइफ दे अगेंस्ट नहीं है, यह डिजीज़ कॉजिंग माइक्रो ऑर्गेनिजम की लाइफ दे अगेंस्ट है। साढ़े लिए तो एंटीबायोटिक्स बेनीफिशियल है, ठीक है जी। जे असी ह्यूमन बीइंग की गल करिए साढ़े अगेंस्ट नहीं है, वो साढ़े लिए है, तो पर किल किदी लाइफ नू करदे माइक्रो ऑर्गेनिजम दी, ठीक है जी। सो पेनिसिलिन जिहड़ा है सब तो पहला एंटीबायोटिक है जिहड़ा डिस्कवर किया गया सी, किन्ने किया सी, अलेक्जेंडर फ्लैमिंग ने, ठीक है जी। वो एक बाय चांस डिस्कवरी हुई सी, वो कोई पेनिसिलिन बना नहीं रहा सी, या वो मतलब तुसी कह लो कि वो कोई हजे मतलब उत्ते बहुत ही रिसर्च नहीं कर रहा सी, वो वर्क कर रहा सी, ते एक्सीडेंटली की होया, मैं तुहानू दस दी किवें उन्हें पेनिसिलिन की डिस्कवरी की, अलेक्जेंडर फ्लैमिंग ने, वो काम कर रहा सी एक बैक्टीरिया ते स्टेफाइलोकोकाए, ठीक है जी। तो उन्हें की देखिया एक बार उन्हें ऑब्जर्व किया कि एक मोल्ड जिहड़ी कि वो एक उहदा ना एक कंटेनर सी, उहदी एक पेटी प्लेट सीगी, कल्चर प्लेट सीगी, तुसीं अपनी बायोलैब च देखी होएगी कल्चर प्लेट, तुसीं देखिया एक मोल्ड growing in one of his unwashed culture plate around which staphylococci could not grow. उन्हें की देखा कि एक मोल्ड जड़ी है वो एक अनवॉश्ड जड़ी प्लेट है कल्चर प्लेट उस ग्रो की हुई है, तो वो दुआले staphylococci ग्रो नहीं कर पा रहा। तो उन्हें की देखा कि इहदा मतलब जिहड़ी मोल्ड है वह एक इहोजिहा कैमिकल पैदा कर रही है कि स्टेफाइलोकोकाई उहदे दुआले ग्रो नहीं कर पा रहे, मीन स्टेफाइलोकोकाई मर रहा है बैक्टीरिया। सो यह बैक्टीरिया नूं कौन मार रहा है? मोल्ड द्वारा पैदा की हुई एक कैमिकल पेनिसिलिन, ठीक है। मोल्ड का नाम की है? पेनिसिलियम नोटैटम, ठीक है। सो यह जिहड़ी मोल्ड है जिवें तुहाडी ब्रैड ते भी लग नहीं जाती, वो मोल्ड ब्रैड मोल्ड जिवें तुसीं कह लो उल्ली जी लग जाती है ब्रैड नूं। सो यह जिहड़ी मोल्ड है पेनिसिलियम नोटैटम जब जिते वह काम कर रहे से उन्हें देखा कि यह उहदी कल्चर प्लेट प्लेट जिहड़ी उन्हें धोती नहीं सी, पैट्री डिश कह लो, उहदे ग्रो की उहदे दुआले बैक्टीरिया नहीं ग्रो कर पा रहा। हुण बैक्टीरिया क्यों नहीं ग्रो कर पा रहे? क्योंकि जिहड़ी मोल्ड है एक कैमिकल सक्रीट करी पेनिसिलिन जिहड़ी बैक्टीरिया नूं खत्म कर रही है, वो अपने बैक्टीरिया नूं अपने दुआले ग्रो नहीं करन दे रही। सो इत्थे उन्हें डिस्कवर किया एक एंटीबायोटिक पेनिसिलिन। तो फिर लेटर ऑन इहदा पूरा जिहड़ा फुल डिस्कवरी वो अर्नेस्ट चेन ते हॉवर्ड फ्लोरे ने की। लेटर ऑन उन्होंने देखिया कि जिहड़ियां एंटीबायोटिक्स है वो तो बहुत ही ज़्यादा खतरनाक बीमारियां नूं दूर करन लई यूज़ होण लग गई, जिहड़ी बड़ी कॉमन हो गईआं सी, प्लेग, हूपिंग कफ जिहनूं काली खांसी कहिंदे आ, डैक्टीरिया जिहनूं गलघोटू कहिंदे आ, लैपरोसी जिहनूं कुष्ठ रोग कहिंदे आ। सो इहो जिहियां कई बीमारियां नूं दूर करन लई एंटीबायोटिक्स जिहड़े लए गए आ। मैं तो ईवन इह वी कहांगी कि असीं अपनी लाइफ नूं एंटीबायोटिक्स तों बिना इमेजिन भी नहीं कर सकते। अज कल कोई इनफेक्शन हुंदी है असीं की लैंदे आ? एंटीबायोटिक्स, ठीक है। सो ये सिगे एंटीबायोटिक्स। एक छोटी जी गल तुहानू बच्चों होर दसना चाहूँगी, कई ऐसे एंटीबायोटिक्स होंदे ने जिहड़े काफ़ी तरह के बैक्टीरिया, ग्रैम पॉजिटिव ग्रैम नैगेटिव बैक्टीरियाज की होंगे, लेटर ऑन असीं डिस्कस करांगे, काफ़ी वाइड रेंज ऑफ बैक्टीरिया नूं किल करन लई यूज़ होंदे एंटीबायोटिक, काफ़ी तरह के बैक्टीरिया नूं। इहो जे एंटीबायोटिक्स नूं ब्रॉड स्पैक्ट्रम एंटीबायोटिक्स कहिंदे आ, मीनस बैक्टीरिया सॉरी एंटीबायोटिक्स जिहड़े ज़्यादा तरह के बैक्टीरिया नूं किल करदे आ, जिवें क्लोरएम्फेनिकॉल या ऑफ्लैक्सिन ऑफ्लैक्सिसिन जिहड़ी असीं बड़ी कॉमनली एंटीबायोटिक जिहड़ी यूज़ करते, इट इज़ अ ब्रॉड स्पैक्ट्रम एंटीबायोटिक। सो तुसीं देखिया किवें दीज माइक्रो ऑर्गेनिजम दे आर हेल्पफुल इन प्रिपेयरिंग एंटीबायोटिक्स, राइट, ठीक है बच्चों। सो थर्ड आ गया साढ़े कोल नैक्सट जिहड़ी असीं डिस्कस करनी इंडस्ट्रियल लैवल ते किवें जिहड़े है माइक्रो ऑर्गेनिजम यूज़ होंगे। एक तो असी पढ़ लिया अल्कोहलिक बीवरेजिज, मैं तुहानू रिएक्शनज भी इवन लिख के दिखाती हूँ। दैन वी हैव कैमिकल, दैन वी हैव एंटीबायोटिक्स, दैन वी हैव डिस्कस्ड एंटीबायोटिक्स किवें जिहड़ी है तुसी देखिया एंटीबायोटिक्स। तुसी असी एक एग्जाम्पल लैके चले पेनिसिलियम नोटैटम दी,
एक मोल्ड है जिहड़ी कि यूज़ की गई पेनिसिलीन बनाने दे लई, विच इज़ एन एंटीबायोटिक जिन्हों जिन्हें बैक्टीरिया स्टेफाइलोकोकाई नू, सिर्फ इन्हू ही नहीं असी देखिए एंटीबायोटिक्स कई तरह के बैक्टीरियाज़ नू डिजीज़ कॉज करन वाले नू किल करदे आ। सो हुण साढ़े को थर्ड आ गया इंडस्ट्री दे विच असी किहड़े किहड़े तरह के होर चीज़ां दे विच माइक्रो ऑर्गेनिज़म नू यूज़ करदे होर कई तरह के प्रोडक्ट्स बनाने लई, कुछ कैमिकल्स ने, कुछ एंजाइम्स बनाने दे लई भी असी यूज़ करते हैं दीज माइक्रो ऑर्गेनिज़म, तो कुछ होर बायोएक्टिव मोलेक्यूल्स ने। ठीक है बच्चों, सो पहले असी देखांगे किहड़े किहड़े तरह के कैमिकल्स ने जिहड़े लैब च असी बनाने हैं या लैब च बनते हैं, तो वह किहड़े तरह के माइक्रोब्स की मदद नाल बनते हैं। जस्ट रिमैंबर द नेम, एसिटिक एसिड एक कैमिकल है जिहड़ा किहड़ी माइक्रो ऑर्गेनिज़म की मदद नाल बनता है, एसिटोबैक्टर एसिटाइन। सिट्रिक एसिड एस्परजिलस नाइजर, ब्यूटायरिक एसिड क्लॉस्ट्रीडियम बॉटिलिकम, दैन लैक्टिक एसिड लैक्टोबैसिलस राइजोपस ते स्ट्रेप्टोकोकस लैक्टस, दीज आर द नेम ऑफ माइक्रोब्स विच आर यूज टू प्रिपेयर दीज कैमिकल्स, राइट। दैन वी हैव एनजाइम्स, एनजाइम्स नू बनाने दे लई भी या एन ए वालियाँ जिहड़ियां एनजाइम ने ए भी माइक्रो ऑर्गेनिज़म तो लईयां जांदियां ने, उन्हां दी बॉडी तो रिकवर कीतियां जांदियां ने, उन्हां तो लई बनाईयां जांदियां। सो असी इत्थे इन्हां दे नाल एनजाइम दे यूजेस करांगे। देखो किन्नियां यूजफुल ने एनजाइम ते किहदी किहदे तो बनियां, माइक्रो ऑर्गेनिज़म। प्रोटीज जिहड़ी यूज़ की जाती बीयर ते विस्की नू क्लीयर, उहदी इक धुंधलेपन नू दूर करन दे लई, क्लीयरिंग बीयर एंड विस्की टू क्लीयर बॉटल जूसिस, वो जो टर्बिड जे धुंधली जी पन उन्हें खत्म करने लिए, ब्रैड ते मीट नू सॉफ्ट करने लिए, डिटर्जेंट्स दे विच ऐड की जाती एंजाइम टू रिमूव स्टेन्स। दैन पैक्टीनेज, पैक्टीनेज की फ्रूट जूसिस नू क्लीन करने लिए, क्लीयर करने लिए, लाइपेज डिटर्जेंट दे विच तेल वाले जिहड़े स्टेन होंदे दाग होंदे उन्हें हटाने दे लिए, एमाइलेज यूज्ड इन डिटर्जेंट, ईवन सॉफ्टनिंग एंड स्वीटनिंग ऑफ ब्रैड, प्रोडक्शन ऑफ एलकोहलिक बीवरेजिज। देखिया दैन वी हैव अमाइलेज, असी देखी है उत्थे असी पढ़ी सी इनवर्टेज जाइमेज, राइट। स्ट्रैप्टोकाइनेज एक क्लॉट, क्लॉट होंदे जिथे खून जम जाता है, गठा बन जाती है, उन्होंने रिमूव करन दे लई भी साढ़े को एनजाइम स्ट्रैप्टोकाइनेज यूज़ की जाती है। दैन आ गए साढ़े को कुछ बायोएक्टिव मोलेक्यूल्स, असी देखांगे किहड़े किहड़े माइक्रो ऑर्गेनिज़म की मदद दे नाल इह बनाए जाते हैं ते उन्हां दे फंक्शंस की ने, ए वाले कैमिकल्स नूं असीं कित्थे यूज़ करदे, दिस इज़ इंपॉर्टेंट टॉपिक, किवें माइक्रो ऑर्गेनिज़म हैल्प करते ने बायोएक्टिव मोलेक्यूल्स बनाने लई। दो ने साइक्लोस्पोरिन ए ते स्टैटिनस, ये पेपर च अक्सर क्वेश्चन आंदा है। साइक्लोस्पोरिन ए किहदी किहड़ी फंगस की मदद नाल बनती है, ट्राइकोडर्मा पोलीस्पोरम, ते स्टैटिनस किहड़ी ईस्ट की मदद नाल बनती है, मोनेस्कस परप्यूरियस, मोनेस्कस परप्यूरियस, राइट। सो दीज आर द माइक्रोब दैट आर यूज टू प्रिपेयर दीज बायोएक्टिव मोलेक्यूल्स। हुण असी कर लैने साइक्लोस्पोरिन ए दा की फंक्शन है ते स्टैटिनस दा की फंक्शन है। साइक्लोस्पोरिन ए दा फंक्शन है एक इम्यूनो सप्रेसिव एजेंट है, लाइक है साडी इम्यूनिटी नू सप्रेस करदा जदों ऑर्गन ट्रांसप्लांट करने होंगे, क्योंकि ऑर्गन ट्रांसप्लांटेशन दे टाइम ते अक्सर असी की देखते साडी बॉडी जदों कोई बाहरों कोई ऑर्गन किसी होर दा ऑर्गन सानू दिता जांदा है तो साडी बॉडी उन्हों रिजेक्ट करती है क्योंकि वह साडा नहीं है। सो उस चीज़ नू कुछ समय लिए सप्रेस कराना पैंदा है। सो ए साइक्लोस्पोरिन ए उन्हों यूज़ करता है क्योंकि एकदम साडी बॉडी उन्हों रिजेक्ट ना कर दे क्योंकि सर्जरी करके वह ऑर्गन ऐड किया जा रहा है। सो इट इज़ अ इम्यूनो सप्रेसिव एजेंट। स्टैटिनस ये साड़ी बॉडी का कोलेस्ट्रोल लो करती है, फैटी सबस्टांस डिपॉजिट हो जाते ना कोलेस्ट्रोल उन्हों लोअर करती है, सो कोलेस्ट्रोल लोअरिंग एजेंट है। सो बेटा अज असी डिस्कस कर लिया हाउ माइक्रोब्स कैन बी यूज्ड फॉर प्रोडक्शन ऑफ इंडस्ट्रियल प्रोडक्ट्स। असी कुछ एलकोहलिक बीवरेजिस पढ़िया, मैं उदिया रिएक्शंस भी कराइया, फिर असी एंटीबायोटिक्स पढ़े, उहदे च असी स्पेसिफिक एग्जाम्पल पढ़ी पेनिसिलीन दी, फिर असी कुछ थर्ड असी पढ़िया कुछ कैमिकल्स जिहड़े माइक्रो ऑर्गेनिज़म की मदद नाल बनते हैं, कुछ एनजाइम्स ते कुछ बायोएक्टिव मोलेक्यूल।